ਜਿਹੜਾ ਹੁਸ਼ਿਆਰਪੁਰ ਅੰਦਰ ਮਾੜੇ ਅੰਸਰਾਂ ਦੇ ਖਿਲਾਫ ਸਰਦਾਰ ਸਰਤਾਜ ਸਿੰਘ ਚਾਹਲ ਜੀ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਐਸ ਪੀ ਐਸੋਸੀਏਸ਼ਨ ਸਰ ਸਰਜੀਤ ਸਿੰਘ ਬਾਹੀਆ, ਡੀ ਐਸ ਪੀ ਸਰ ਕੁਵੰਤ ਸਿੰਘ ਸਰਬਜੀਤ ਟਾਂਡਾ ਦੀ ਨਿਗਰਾਨੀ ਹੇਠ ਟਾਂਡਾ ਪੁਲਿਸ ਵੱਲੋਂ ਕੱਲ੍ਹ ਇੱਕ ਸਮੱਗਲਰ ਜਿਹਦੇ ਖਿਲਾਫ ਪਹਿਲਾਂ ਨੌ ਮੁਕਦਮੇ ਦਰਜ ਹੈ, ਸਜ਼ਾ ਦਾ ਵੀ ਹੈਗਾ, ਇਹਦੇ ਪਰਿਵਾਰ ਦੇ ਮੈਂਬਰ ਵੀ ਜੇਲ੍ਹ 'ਚ ਹੈ, ਅਤੇ ਇਸ ਨੂੰ ਅੱਜ ਕੱਲ੍ਹ ਗ੍ਰਿਫਤਾਰ ਕੀਤਾ ਸੀ। ਜੀਤ ਲਾਲ ਔਰ ਸੁਜੀਤਾ ਪੁੱਤਰ ਪਿਆਰੇ ਲਾਲ ਵਾਸੀ ਚੰਡੀਗੜ੍ਹ ਕਲੋਨੀ, ਇਹ ਹੈਪਚੁਲ ਹੈਗਾ, ਇਹ ਬਹੁਤ ਵੱਡੀ ਮੁਕਦਾਰ ਦੇ ਵਿੱਚ ਸਮੱਗਲਿੰਗ ਕਰਦਾ ਸੀਗਾ, ਅਤੇ ਇਹਦੇ ਪਾਸੋਂ ਕੱਲ੍ਹ 15 ਨਸ਼ੀਲੇ ਟੀਕੇ ਮਿਲੇ ਆ, ਜਿਨ੍ਹਾਂ ਦੇ ਕਾਫੀ ਤਰ੍ਹਾਂ ਤੋਂ ਸਪਲਾਈ ਕਰਦਾ ਸੀ ਅਤੇ ਘਰੋਂ ਦੌੜਿਆ ਹੋਇਆ ਸੀ, ਅਤੇ ਕੱਲ੍ਹ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਇਹਦੇ ਹੋਰ ਵੀ ਮੁਕਦਮੇ ਜਿਹੜੇ ਕਾਫੀ ਦਰਜ ਆ, ਇਸ ਤਰ੍ਹਾਂ ਦੇ ਜਿਹੜੇ ਸਮਾਜ ਵਿਰੋਧੀ ਅਫਸਰ ਹੈਗੇ ਨਸ਼ਿਆਂ ਨਾਲ ਕੰਮ ਕਰਦੇ ਆ, ਉਹਨਾਂ ਦੇ ਖਿਲਾਫ ਪੁਲਿਸ ਸਖਤੀ ਨਾਲ ਐਕਸ਼ਨ ਲੈ ਰਹੀ ਹੈ, ਅਤੇ ਇਸ ਨਸ਼ਿਆਂ ਦੀ ਮੁਹਿੰਮ ਲਈ ਖਾਤਮੇ ਲਈ ਪਬਲਿਕ ਦਾ ਬਹੁਤ ਵੱਡਾ ਸਪੋਰਟ ਹੈਗੀ ਹੈ, ਅਸੀਂ ਪਬਲਿਕ ਦੇ ਵੀ ਧੰਨਵਾਦੀ ਹਾਂ, ਔਰ ਰੋਜ਼ ਸਾਨੂੰ ਇਹਦੇ ਲਈ ਦਾਖਲ ਹਸਪਤਾਲ ਦਾਖਲ ਕਰਾਉਣ ਲਈ ਜਾਂ ਇਹੋ ਜਿਹੇ ਜਿਹੜੇ ਸਮੱਗਲਰ ਹੈਗੇ ਨੇ ਉਹਨਾਂ ਦੀ ਇਤਲਾਹ ਸਾਨੂੰ ਸਮੇਂ ਸਮੇਂ ਸਿਰ ਦੇ ਰਹੇ ਆ, ਉਹਨਾਂ ਦਾ ਵੀ ਥੈਂਕ ਯੂ, ਅਤੇ ਪੁਲਿਸ ਇਹਦੇ ਲਈ ਪੁਖਤਾ ਜਿਹੜੇ ਆ ਕਾਰਵਾਈ ਕਰ ਰਹੀ ਹੈ। ਥੈਂਕ ਯੂ। ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਮਾਨਯੋਗ ਐਸ ਐਸ ਪੀ ਸਰਦਾਰ ਸਰਤਾਜ ਸਿੰਘ ਚਾਹਲ ਜੀ, ਐਸ ਪੀ ਇਨਵੈਸਟੀਗੇਸ਼ਨ ਸਰ ਸਰਜੀਤ ਸਿੰਘ ਬਾਹੀਆ ਜੀ, ਡੀ ਐਸ ਪੀ ਸਰਜੀਤ ਕੁਮਾਰ ਜੀ ਦੀ ਨਿਗਰਾਨੀ ਹੇਠ ਟਾਂਡਾ ਪੁਲਿਸ ਵੱਲੋਂ ਰਾਤੀ ਲੇਟ ਨਾਈਟ ਇੱਕ ਸਵਿਫਟ ਗੱਡੀ ਬਿਨਾਂ ਨੰਬਰ ਰੋਕਿਆ, ਅਤੇ ਉਹਦੇ 2 ਸਵਾਰ ਜਿਹੜੇ ਆ ਉਹਨਾਂ ਨੇ ਉੱਥੇ ਨਸ਼ੀਲੇ ਪਦਾਰਥ ਜਿਹੜੇ ਆ ਸੁੱਟ ਦਿੱਤੇ, ਅਤੇ ਜਿਹਨੂੰ ਜ਼ਾਬਤਾ ਅਨੁਸਾਰ ਚੈੱਕ ਕੀਤਾ, ਅਤੇ ਇਹਦੇ 2 ਦੋਸ਼ੀ ਜਿਹੜੇ ਰਾਤੀ ਅਸੀਂ ਗ੍ਰਿਫਤਾਰ ਕੀਤੇ ਆ, ਰਮਨਦੀਪ ਸਿੰਘ ਔਰ ਰਮਨ ਪੁੱਤਰ ਅਜਮੇਰ ਸਿੰਘ ਵਾਸੀ ਬੁੱਢੀ ਪਿੰਡ ਥਾਣਾ ਟਾਂਡਾ, ਇਹਦਾ ਇੱਕ ਹੋਰ ਸਾਥੀ ਆ ਨਵਤੇਜ ਸਿੰਘ ਔਰ ਫਲਾਲੀ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਹੁਸੈਨਪੁਰ ਥਾਣਾ ਹਰਿਆਣਾ। ਇਹ ਦੋਸ਼ੀ ਪਹਿਲਾਂ ਜ਼ਿਲ੍ਹਾ 'ਚ ਬਾਹਰ ਆਏ ਆ, ਜਿਹੜਾ ਰਮਨਦੀਪ ਹੈ ਇਹਦੇ ਖਿਲਾਫ਼ ਕੁੱਲ 7 ਮੁਕੱਦਮੇ ਦਰਜ ਹੈ, ਅਤੇ ਨਵਤੇਜ ਸਿੰਘ ਦੇ 3 ਮੁਕੱਦਮੇ ਦਰਜ ਹੈ। ਇਹ ਹੈਪਚੁਅਲ ਅਫੈਂਡਰ ਨੇ ਔਰ ਇਹ ਲਗਾਤਾਰ ਚੱਲਦਾ ਇਸ ਕ੍ਰਾਈਮ 'ਚ ਉਹਨੂੰ ਔਰ ਹੈ। ਕੁੱਲ ਇਹਨਾਂ ਤੋਂ 729 ਗ੍ਰਾਮ ਸ਼ੀਲਾ ਪਦਾਰਥ ਬਰਾਮਦ ਕੀਤਾ, ਔਰ ਇਹ ਦੋਸ਼ੀ ਕਿੱਥੋਂ ਲੈ ਕੇ ਆਏ ਆ ਔਰ ਕਿਹੜੇ ਕਿਹੜੇ ਇਹਨਾਂ ਦੇ ਹੋਰ ਸਰਕਲ 'ਚ ਆ, ਕਿਹੜੀਆਂ ਇਹਨਾਂ ਨੂੰ ਪ੍ਰੋਪਰਟੀ ਬਣਾਈ ਹੈ, ਇਹ ਸਾਰਾ ਡਿਊਰਲ ਇਨਵੈਸਟੀਗੇਸ਼ਨ ਦੇਖਿਆ ਜਾਊਗਾ। ਪੰਜਾਬ ਸਰਕਾਰ ਦੀਆਂ ਹਦਾਇਤਾਂ ਜੋ ਮਿਲੀਆਂ ਪੰਜਾਬ ਨੂੰ ਨਸ਼ਾ ਫਰੀਦ ਕਰਨ ਲਈ, ਟਾਂਡਾ ਪੁਲਿਸ, ਹੁਸ਼ਿਆਰਪੁਰ ਪੁਲਿਸ ਲਗਾਤਾਰ ਇਹਦੇ ਲਈ ਉਪਰਾਲੇ ਕਰ ਰਹੇ ਆ, ਅਤੇ ਜਿਹੜੇ ਇਸ ਤਰ੍ਹਾਂ ਦੇ ਕ੍ਰਿਮੀਨਲ ਹੈਗੇ ਨੇ ਉਹਨਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ। ਥੈਂਕ ਯੂ।